ਇੱਕ ਮਾਈ ਉੱਥੇ ਉਸ ਸ਼ਹਿਰ ਵਿੱਚ ਉਦੋਂ ਰਹਿੰਦੀ ਸੰਗਤੀ ਦੇ ਵਿੱਚ, ਮਹਾਰਾਜ ਜੀ ਇੰਨੀ ਸ਼ਰਧਾਲੂ ਸੀ, ਉਹ ਗੁਰੂ ਗ੍ਰੰਥ ਸਾਹਿਬ ਘਰ ਪ੍ਰਕਾਸ਼ ਕੀਤੀ ਸੀ। ਜਦ ਕਹਿੰਦੇ ਉਹਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਸੀ ਤਾਂ ਨਾਲ ਨਦੀ ਵਗਦੀ ਵਿੱਚ ਵੜ ਕੇ ਰੇਤੇ ਦੀਆਂ ਮੁੱਠਾਂ ਭਰ ਲੈਂਦੀ ਸੀ, ਅੰਦਰ ਬੈਠ ਕੇ ਸਾਰੇ ਪੈਸੇ ਪੈ ਗਏ, ਰੇਤੇ ਦੀਆਂ ਮੁੱਠਾਂ ਭਰ ਲੈਂਦੇ। ਗੁਰਦੁਆਰਾ ਬਣਾਇਆ ਸੀ, ਸ਼ਰਧਾ ਬੜੀ ਸੀ। ਜਿਨ੍ਹਾਂ ਦੇ ਗੁਰਦੁਆਰੇ ਵਿੱਚ ਪਏ ਆ ਉਹਨਾਂ ਦੀ ਆਪਣੀ ਦੌੜ ਲੱਗੀ, ਉਹ ਫਿਰ ਆਪਣੀਆਂ ਸਰ ਕੋਲੇ ਹੀ ਖੜੇ। ਉਹ ਮੰਗਿਆ ਤੋਂ ਜਾਈਏ ਗੜ ਚੰਕ ਨੂੰ, ਮੇਰਾ ਕੋਲ 10 ਸਾਲ ਹੋਏ ਕੋਲੇ, ਕੋਈ ਮੂਰਖਾ ਕੋਲੇ ਕੱਢੇ ਕਿਉਂ, ਰਹਿਣ ਦੇ ਇਹਨਾਂ ਨੂੰ ਪੈਸੇ ਨਹੀਂ, ਕੋਲੇ ਕੱਢ ਕੇ ਚੰਡੀਆਂ ਲਾ ਦੀਆਂ, ਸਾਧ ਸੰਗਤ ਸੇਵਾ ਕਰੋ, ਪਰ ਹੋਈ ਨਹੀਂ ਪੱਲੀ ਚਿੱਕੀ ਖੜੇ ਹੀ ਆ, ਪਿੱਲਰ ਖੜੇ ਆ, ਵੀ ਤੂੰ ਇੰਨੇ ਦੇ ਪਿੱਲਰ ਕਾਹਨੂੰ ਖੜੇ ਕਰਨ, ਸ਼ਰਧਾਲੂ ਕੋ ਆਜੂ ਮੈਂ ਖੜੇ ਦੇਖੀ ਜਾਂਦੇ 10 ਸਾਲ ਉੱਤੇ ਹੋ ਗਿਆ, ਉਹ ਠੀਕ ਆ, ਖੋ ਰਿਹਾ ਉਹਦੇ ਕੋਲਵਾਸੋ ਵਾਲਾ ਤਾਂ ਠੀਕ ਹੀ ਆ। ਬਾਬੇ ਗੁਰਮੁਖ ਸਿੰਘ 12 ਨੇ ਦਿੱਤੇ ਸੀ ਬਾਬੇ ਪੀਰ ਦਾਸ, ਆਹਦਾ ਫੜ ਕਹਿੰਦਾ ਤੇਰੀ ਸੇਵਾ ਕਾਰ ਸੇਵਾ ਲੱਗਦੀ ਹੈ ਦਰਬਾਰ ਸਾਹਿਬ, ਗੁਰਮੁਖ ਨੇ ਕਾਰ ਸੇਵਾ ਕਰਾਈ, ਕਾਰ ਸੇਵਾ ਅਕਸਰ ਬਾਬੇ ਪੀਰ ਦਾਸ ਕਰਦੇ, ਕਾਰ ਹੁੰਦਾ ਹੁਕਮ, ਹੁਕਮ ਦੇ ਸੇਵਾ ਜਿਹੜੀ ਉਹ ਉੱਪਰ ਹੁਕਮ ਲੱਗਾ ਉਹ ਜਗ੍ਹਾ ਸੀ, ਅਸੀਂ ਉਹਦੇ ਝੰਡਾ ਕੱਢ ਕੇ ਕਾਰ ਸੇਵਨ ਤੋਂ ਪਹਿਣਾ ਲੈਣ ਨਾ ਦੇਣ ਬਦਲੇ ਜਾਂ ਦੁਕਾਨ 'ਚ ਬੈਠ ਕੇ ਥਾਲੀ ਲੈ ਕੇ ਤਾਂ ਖੜੇ ਬਜ਼ਾਰ ਥਾਲੀ ਲੈ ਕੇ ਤਾਂ ਖੜਾ ਹੀ ਰਹਿੰਦਾ ਸੀ 24 ਘੰਟੇ ਅਤੇ ਯੂਪੀ 'ਚ ਉਹਦੀ ਕਾਰ ਸੇਵਾ, ਕਾਰ ਹੁਕਮ ਦੇ ਵਿੱਚ ਸੇਵਾ ਜੋ ਕਿ ਹਮਾਰੇ ਰਾਮ ਕਾਰ ਜਿਉਂ ਪੀੜੀ ਪੀੜ ਤੋਂ ਸ਼ੁਰੂ ਹੋ ਜਾ ਮੰਗਦੀਆਂ ਦੇ ਗੁਰਦੁਆਰੇ ਸਾਹਿਬ ਸੜਕ ਦੇ ਉੱਤੇ ਬਣਾਇਆ, ਇੱਕ ਜਾਂਦਾ ਦੂਆ ਆ ਜਾਂਦਾ ਦੂਆ ਆ ਜਾਂਦਾ, ਸਿਰ ਕੌਣ ਜਿੰਨਾ ਮੰਗਦੀ ਕੋਈ ਮੰਗਦਾ ਨਹੀਂ, ਮੰਗੀ ਭਗਵਿਆਂ ਵਾਲੇ ਸੰਤ ਕੋਈ ਮੰਗਦਾ ਨਹੀਂ ਦੇਖਿਓ, ਮੈਂ ਤਾਂ ਦੇਖਿਆ ਜਾਂ ਮੇਲਿਆਂ ਵਾਲੇ ਨੇ ਦੇਖਿਆ ਇਹ ਜਾਂ ਪੰਡਿਤ ਕੋਈ ਮੰਗਦਾ ਦੇਖਿਆ ਉਹ ਕੰਮ ਗ੍ਰਾਹੀ ਕਰਦਾ, ਜਾਂ ਮੁਸਲਮਾਨ ਗ੍ਰਾਹੀ ਕਰਦਾ ਦੇਖਿਆ ਕਿ ਸਾਡੇ ਮੰਗਤੇ ਅਸਲੀ ਹੈ ਪੂਰੇ
ਬਹੁਤ ਨੇ ਕਹਿੰਦੇ ਖਿਲਾਫ਼ ਸੀ। ਉਹਦਾ ਬਾਬੇ ਸ਼ਾਦੀ ਸਿੰਘ ਨੇ ਕਿਹਾ ਮਹਾਰਾਜ ਲੰਗਰ ਦੀ ਰਸਤ ਮੁੱਕ ਗਈ ਹੈ, ਕਿੱਦਾਂ ਕਰੀ? ਆਨੰਦਪੁਰ ਸਾਹਿਬ ਲੰਗਰ ਲਾਇਆ ਮਹਾਰਾਜ, ਕਹਿੰਦੇ ਸ਼ਾਦੀ ਸਿੰਘ ਕੁੜੀ ਦਾ ਵਿਆਹ ਰੱਖਿਆ, ਆਂਡੇ ਮੂਹਦੇ ਮਾਰ ਕੇ ਕਦੇ ਬਾਬੇ ਸ਼ਾਦੀ ਸਿੰਘ ਦੁਬਾਰਾ ਵਿਆਹ ਆ ਗਿਆ। ਮਹਾਰਾਜ ਸੰਗਤ ਬੈਠੀ ਬਹੁਤ ਹੈ, ਉਹਨਾਂ ਨੂੰ ਵੀ ਕਹੀ ਕਹਿੰਦੇ ਕੁੜੀ ਦਾ ਵਿਆਹ ਰੱਖਿਆ, ਬੇਤੀ ਵੀ ਉਹਦੀ, ਇੱਜ਼ਤ ਵੀ ਉਹਦੀ, ਜਾਂ ਭੇਜ ਦੂਗਾ ਫੜਾ ਦੇ ਨਾਲ ਨਾ ਜਾਣ, ਉਹਦੀ ਬੇਤੀ ਹੋਣੀ। ਬਾਬਾ ਜਗਜੀਤ ਸਿੰਘ ਇੱਦਾਂ ਦੇ ਬੇਪਰਵਾਹ ਸਾਧੂ ਸੀ।